ਹਜਰਾ ਸਾਹਿਬ ਤੁਹਾਨੂੰ ਇਹ ਟੋਟਲ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਵੀਡੀਓ ਬਣਾਉਂਦੇ? ਮੈਨੂੰ ਤਾਂ ਬੱਚੇ ਮੈਨੂੰ ਲਾਲੇ ਦੋ ਕੁ ਸਾਲ ਗਿਆ, ਤਿੰਨ ਕੁ ਸਾਲ ਹੋ ਗਿਆ, ਟਿਕਟੋਕ 'ਤੇ ਕਹਿ ਲਓ ਦੋ ਕੁ ਸਾਲ ਹੋਏ ਨੇ ਅਤੇ ਯੂਟਿਊਬ 'ਤੇ ਕੋਈ ਇੱਕ ਸਾਲ। ਅੱਛਾ, ਬਸ ਹਜਰਾ ਸਾਹਿਬ ਤੁਹਾਡਾ ਵਿਆਹ ਕਦੋਂ ਹੋਇਆ ਸੀ? ਵਿਆਹ ਹੋਏ ਨੂੰ ਮੇਰੇ ਨੂੰ ਹੋ ਗਿਆ ਤਕਰੀਬਨ ਇੱਕ ਸਾਲ। ਇੱਕ ਸਾਲ ਹੋ ਗਿਆ ਵਿਆਹ ਹੋਏ। ਅੱਛਾ, ਅਤੇ ਸਾਡੀ ਭਰਜਾਈ ਅਤੇ ਉਹ ਇੱਥੇ ਹੀ ਪਾਕਿਸਤਾਨ? ਨਹੀਂ, ਭਰਜਾਈ ਤੁਹਾਡੀ ਆਉਂਦੀ ਹੈ, ਮਹੀਨਾ ਦੋ ਮਹੀਨੇ ਰਹਿੰਦੀ ਫਿਰ ਚਲੇ ਜਾਂਦੀ। ਹੁਣ ਵਾਪਸ ਗਈ ਆਪਣੇ ਵਤਨਾਂ 'ਤੇ। ਆਪਾਂ ਜਾਵਾਂਗੇ, ਉਹ ਸਾਦੇ ਨੇ। ਅਸਲ 'ਚ ਸੁਰਾਜ ਸਾਹਿਬ ਇਹ ਨਾ ਕਿ ਮੇਰੀ ਫੈਮਿਲੀ ਦੇ ਵਿੱਚ ਮੇਰੇ ਤੋਂ ਵੱਡਾ ਕੋਈ ਨਹੀਂ, ਕੋਈ ਵੀ। ਅੱਛਾ, ਹਾਂ, ਅਸੀਂ ਦੋ ਭਰਾ ਹਾਂ, ਇੱਕ ਮੇਰੇ ਤੋਂ ਛੋਟਾ ਉਹ ਸਕੂਲ ਜਾਂਦਾ ਅਤੇ ਇੱਕ ਮੈਂ ਹਾਂ, ਦੋ ਹੀ ਹਾਂ, ਇੱਕ ਸਾਡੀ ਮਾਂ, ਤਿੰਨ ਜਣੇ ਅਸੀਂ। ਅਤੇ ਜਿਹੜਾ ਪਿਛਲਾ ਨਿਜ਼ਾਮ ਹੈ ਨਾ, ਜ਼ਿਮੀਂਦਾਰਾ ਸਿਸਟਮ ਹੈ, ਹੋਰ ਕੁਛ। ਵਾਲਾ ਸਾਹਿਬ ਦੇ ਹੁੰਦਿਆਂ ਤਾਂ ਪਰੇਸ਼ਾਨੀ ਕੋਈ? ਵਾਲਾ ਸਾਹਿਬ ਦੇ ਹੁੰਦਿਆਂ ਤਾਂ ਘੋੜੇ 'ਚ ਚਣਸ਼ਾ ਨਹੀਂ ਸੀ ਹੁੰਦੀ ਕਦੀ ਵੀ ਕਿਸੇ ਕਿਸਮ ਦੀ ਵੀ, ਉਹ ਆਪੇ ਘਰ ਕਰਵਾ ਲੈਂਦੇ ਸਾਰਾ ਕੁਛ। ਹੁਣ ਇਹ ਕਿ ਪਿਛਲੇ ਸਾਲ ਵਾਲਾ ਸਾਹਿਬ ਫੋਤ ਹੋਏ, ਉਹਨਾਂ ਕਮਾਂਦ ਲਾਇਆ ਸੀ 7-8 ਕਿੱਲੇ, ਉਹ ਸਾਲ ਦੀ ਫਸਲ ਹੈ ਪਤਾ, ਉਹ ਫਿਰ ਸਾਲ ਪੂਰੇ ਬਾਅਦ ਫਸਲ ਵੇਟ ਕੀਤਾ, ਚੱਕੀ ਚੱਕ ਕੇ ਕੋਈ ਹੋਰ ਮਾਮਲਾ ਸੀ, ਉਹ ਕੀਤੇ ਇੱਕ ਤਰ੍ਹਾਂ। ਅਤੇ ਹੁਣ ਹੌਲੀ ਹੌਲੀ ਜ਼ਿਮੀਂਦਾਰਾਂ ਵੀ ਘਟਾਉਂਦੇ ਜਾ ਰਹੇ ਹਾਂ, ਅਤੇ ਜ਼ਮੀਨ ਵੀ ਕਿਸੇ ਨੂੰ ਦਿਆਂਗੇ ਠੇਕੇ ਅਤੇ ਫਿਰ ਇਨਸ਼ਾਅੱਲਾ ਨਿਕਲ ਜਾਵਾਂਗੇ। ਅਤੇ ਬੀਬੀ ਤਕੜੀ ਰਹਿੰਦੀ? ਹਾਂ, ਮਾਸ਼ਾ ਅੱਲਾ ਬੀਬੀ ਠੀਕ। ਅੱਛਾ, ਅਤੇ ਇਹ ਤੁਸੀਂ ਜੀ ਸੌਂਦੀਆਂ ਵੀ ਰਹੇ? ਬਿਲਕੁਲ ਸਰ, ਤੁਸੀਂ ਆਪਦੇ ਵਲੌਗ ਤੋਂ ਮੇਰੇ ਇੰਟਰਵਿਊ 'ਤੇ ਆ ਗਏ ਜੀ। ਹਾਂ, ਮੈਂ ਸਾਊਦੀਆ ਰਿਹਾ 8 ਸਾਲ ਰਿਹਾ ਸਾਊਦੀਆ ਮੈਂ। ਸਾਊਦੀਆ ਮੇਰਾ ਪੂਰਾ ਕੁਣਬਾ, ਪੂਰਾ ਲੌਂਗ ਲੈਣਾ ਆਪਣਾ, ਪੂਰੀ ਟੱਲੋ ਹੀ ਸਾਊਦੀਆ ਦੇ ਵਿੱਚ ਜੀ, ਫਰਨੀਚਰਾਂ ਦੀਆਂ ਦੁਕਾਨਾਂ ਨੇ। ਉਸ ਤੋਂ ਬਾਅਦ ਮੇਰੇ ਬਾਕੀ ਜਿੰਨੇ ਨੇ ਮੇਰੇ ਚਾਚੇ ਤਾਏ ਮੇਰੇ ਫੁੱਫੀਆਂ ਦੇ ਮੁੰਡੇ, ਉਹਨਾਂ ਦੀਆਂ ਵਰਕਸ਼ਾਪਾਂ ਨੇ ਫਰਨੀਚਰ ਦੀਆਂ, ਉਹ ਫਰਨੀਚਰ ਬਣਾਉਂਦੇ ਨੇ। ਮੈਂ ਕਿਸੇ ਵਾਹਤ ਜਿਹੜਾ ਗਿਆ, ਮੈਂ ਜਾ ਕੇ ਏਸੀਆਂ ਦਾ ਕੰਮ ਕੀਤਾ, ਘਰ ਦੇ ਏਸੀ ਫਰਿੱਜ ਨਹੀਂ ਹੁੰਦੇ ਜੀ, ਇਹ ਮੈਂ ਕੰਮ ਉੱਥੇ ਕੀਤਾ, ਮੈਂ ਸਿੱਖਿਆ, 6 ਮਹੀਨੇ ਲਾ ਕੇ ਫਿਰ ਮੈਂ ਆਪਣੀ ਦੁਕਾਨ ਬਣਾਈ ਵਰਕਸ਼ਾਪ, ਉਹ ਫਿਰ ਮੈਂ 8 ਸਾਲ ਆਪਣੀ ਵਰਕਸ਼ਾਪ ਕੀਤੀ, ਅਤੇ ਹੁਣ ਫਿਰ ਮੈਂ ਉਹ ਕਲੋਜ਼ ਕਰਕੇ ਦੁਕਾਨ ਦੇ ਕੇ ਗੱਡੀ ਦੇ ਕੇ ਆ ਗਿਆ ਵਾਪਸ। ਅੱਛਾ, ਉੱਥੋਂ ਕੋਈ ਨਹੀਂ ਹੈ ਕਾਰੋਬਾਰ? ਨਹੀਂ, ਹੁਣ ਆਪਣਾ ਮੇਰਾ ਕੋਈ ਸਿਸਟਮ ਨਹੀਂ ਉੱਥੇ ਹੈਗਾ। ਇਹ ਫਿਰ ਤੁਹਾਨੂੰ ਆਉਣਾ ਕਿਉਂ ਪਿਆ? ਮੇਰੇ ਵਾਲਦ ਸਾਹਿਬ ਦੀ ਡੈਥ ਹੋ ਗਈ ਸੀ ਨਾ, ਵਾਲਦ ਸਾਹਿਬ ਮੇਰੇ ਬਿਮਾਰ ਹੋਏ ਸੀ ਅਤੇ ਮੈਂ ਆ ਗਿਆ ਸਾਂ, ਜਿਸ ਦਿਨ ਮੈਂ ਆਇਆ ਰਾਤ ਅਗਲੇ ਦਿਨ ਮੇਰੀ ਡੈਥ ਹੋ ਗਈ, ਅਤੇ ਫਿਰ ਉਸ ਤੋਂ ਬਾਅਦ ਮੈਂ ਵਾਪਸ ਨਹੀਂ ਗਿਆ। ਹਜਰਾ ਸਾਹਿਬ, ਬਈ ਸਿਆਣੇ ਕਹਿੰਦੇ ਆ ਰੱਬ ਅਰੂਜ ਦੇਵੇ ਨਾ ਤੇ ਮਾਂ ਪਿਓ ਦੇ ਹੁੰਦੇ ਆ ਹੁੰਦੇ ਆ, ਤੇ ਬੰਦੇ ਨੇ ਦਿਖਾਣਾ ਕਿਹਨੂੰ ਅਜੇ ਮਾਂ ਪਿਓ ਨਹੀਂ ਹੈ। ਹਾਂ, ਮੈਨੂੰ ਤੁਸੀਂ ਉਸ ਟਾਈਮ ਮਸ਼ਹੂਰ ਹੋ ਗਏ ਸੀ ਜਦੋਂ ਵਾਲਦ ਸਾਹਿਬ ਹੈ ਸੀ? ਹਾਂ, ਪਿਛਲੇ ਸਾਲ ਦੀ ਗੱਲ ਹੈ। ਜਿੰਨਾ ਕੁ ਹੁਣ ਮਸ਼ਹੂਰ ਹੈ ਇੰਨੇ ਕੁ ਉਦੋਂ ਹੀ ਮਸ਼ਹੂਰ ਹੈਗੇ ਸੀ। ਇਹ ਬਾਕੀ ਇਹ ਆ ਕਿ ਕੁਛ ਚੀਜ਼ਾਂ ਹੁੰਦੀਆਂ ਨੇ ਕਿ ਜਿਹੜੀਆਂ ਬੰਦਾ ਕਰਦਾ ਹੈ ਨਾ, ਕੁਛ ਚੀਜ਼ਾਂ ਹੁੰਦੀਆਂ ਨੇ ਬੰਦਾ ਆਪਣੀ ਜ਼ਾਤ ਵਾਸਤੇ ਕਰਦਾ, ਆਪਣੇ ਵਾਸਤੇ। ਕੁਛ ਚੀਜ਼ਾਂ ਹੁੰਦਾ ਕਿ ਬੰਦਾ ਆਪਦੇ ਲੱਗਦੇ ਲੈਂਦਿਆਂ ਵਾਸਤੇ ਕਰਦਾ ਕਿ ਮੈਂ ਉਹਨਾਂ ਨੂੰ ਖੁਸ਼ੀ ਦੇ ਸਕਾਂ, ਜਿਵੇਂ ਕਿਸੇ ਦਾ ਕੋਈ ਧੀ ਪੁੱਤ ਤੇ ਮਾਂ ਪਿਓ ਆਪਦੇ ਧੀ ਪੁੱਤ ਵਾਸਤੇ ਕਰਦਾ ਕਿ ਮੇਰੇ ਬੱਚੇ ਨੂੰ ਖੁਸ਼ੀ ਹੋਵੇ। ਸਾਡੇ ਵਰਗੇ ਜਿਹੜੇ ਜਵਾਨ ਨੇ ਉਹ ਇਹ ਕੋਸ਼ਿਸ਼ ਕਰਦੇ ਨੇ ਕਿ ਅਸੀਂ ਆਹ ਕੰਮ ਕਰੀਏ, ਸਾਡੇ ਮਾਂ ਪਿਓ ਨੂੰ ਖੁਸ਼ੀ ਹੋਵੇ। ਅਤੇ ਮੇਰੇ ਪਿਓ ਨੂੰ ਜ਼ਮੀਨ ਦਾ ਬੜਾ ਚਾਅ ਸੀ, ਜ਼ਿਮੀਂਦਾਰੇ ਦਾ ਬੜਾ ਚਾਅ ਸੀ, ਥੋੜ੍ਹੇ ਢਿੱਲੇ ਹੋਣਾ, ਮੈਂ ਕਹਿੰਦਾ ਨਾ ਕਰਿਆ ਕਰੋ, ਦਫ਼ਾ ਕਰੋ, ਪਰ ਤੁਸੀਂ ਕਿਉਂ ਕਰਦੇ ਠੇਕੇ ਦਿਓਗੇ ਛੱਡੋ, ਪਰ ਉਹਨੇ ਕਹਿਣਾ ਨਹੀਂ ਮੇਰੇ ਕੋਲ ਇੰਨੀ ਹੋਰ ਵੀ ਹੋਵੇ ਤਾਂ ਮੈਂ ਕਰਾਂ।
ਮੈਂ ਇੰਨੀ ਹੋਰ ਵੀ ਹੋਵੇ ਤਾਂ ਮੈਂ ਇਕੱਲਾ ਕਰਵਾਵਾਂ ਕਰਾਂ। ਉਹਨਾਂ ਦੀ ਡੈਥ ਤੋਂ ਬਾਅਦ ਮੈਂ ਜ਼ਮੀਨ ਮੁੱਲ ਲਈ ਹੁਣ, ਅਤੇ ਜਦੋਂ ਮੈਂ ਜ਼ਮੀਨ ਮੁੱਲ ਲਈ ਨਾ, ਤਾਂ ਮੈਂ ਸਾਡੇ ਉੱਥੇ 26-27 ਲੱਖ ਨੂੰ ਕਿੱਲਾ, ਅਤੇ ਜਦੋਂ ਮੈਂ ਜ਼ਮੀਨ ਮੁੱਲ ਲਈ, ਮੈਂ ਜੇ ਕਚਹਿਰੀਆਂ ਦੇ ਵਿੱਚ ਜਦੋਂ ਅਸਟਾਮ ਕਰਵਾਉਂਦੇ ਸੀ ਨਾ ਰਜਿਸਟਰੀ, ਉਹ ਮੇਰੇ ਨਾਂ 'ਤੇ ਹੋਈ, ਤਾਂ ਉਸ ਟਾਈਮ ਮੇਰੇ ਅੰਦਰ ਇਮੋਸ਼ਨਲ ਹੋ ਗਿਆ ਸੀ ਮੈਂ ਕਿ ਯਾਰ ਜਿਹਨੂੰ ਸ਼ੌਕ ਸੀ ਉਸ ਬੰਦੇ ਦਾ ਨਾਂ ਹੋਣੀ ਚਾਹੀਦੀ, ਮੈਨੂੰ ਤਾਂ ਸ਼ੌਕ ਹੀ ਨਹੀਂ ਜ਼ਮੀਨਦਾਰ ਦਾ, ਮੈਂ ਤਾਂ ਕਰਨਾ ਪਿਆ ਵੀ ਚਲੋ ਆਪਣੀ ਹੈ, ਆਰੇ ਲੱਗੇ ਹੈ ਕਿ ਟਾਈਮ ਚੰਗਾ ਲੰਘ ਜਾਂਦਾ। ਉਸ ਦਿਨ ਇਹ ਚੀਜ਼ ਮਹਿਸੂਸ ਹੋਈ ਸੀ ਵੀ ਯਾਰ ਉਹ ਜਿਵੇਂ ਆਉਂਦੇ ਨੇ ਕਿ ਜਦੋਂ ਵਸਣ ਦੀ ਰੁੱਤ ਹੈ ਬਿਰੁੱਤਾ ਸੱਜਣ ਜੁਦਾ ਕਰ ਗਏ ਹੋਏ, ਆਹ ਚੀਜ਼ ਹੈ। ਬਾਈ ਦਾ ਵੀ ਇੱਦਾਂ ਹੀ, ਬਾਈ ਨਾਸਰ ਨੇ ਜਦੋਂ ਪਹਿਲੀ ਵਾਰੀ ਜ਼ਮੀਨ ਲਈ ਸੀ ਨਾ ਕਿਲੇ, ਤਾਂ ਉਦੋਂ ਉਹਨਾਂ ਦਾ ਬਾਪੂ ਹੈ ਸੀਗਾ, ਉਦੋਂ ਨਾਲ ਗਿਆ, ਅਤੇ ਉਹ ਅੰਦਰੋਂ ਬੜਾ ਖੁਸ਼ ਹੋਇਆ ਵੀ ਮੇਰੇ ਪੁੱਤ ਨੇ ਜ਼ਮੀਨ ਲਈ, ਅਤੇ ਉਸ ਤੋਂ ਬਾਅਦ ਫਿਰ ਜਦੋਂ ਉਹ ਅੱਲਾ ਨੂੰ ਪਿਆਰੇ ਹੋ ਗਏ, ਅਤੇ ਬਾਅਦ ਵਿੱਚ ਬਥੇਰੀ ਖਰੀਦੀ ਕਾਰੋਬਾਰ ਲੈ ਗੱਡੀਆਂ ਹਰ ਸ਼ਾ, ਲੇਕਿਨ ਉਹ ਉਸ ਟਾਈਮ ਵਾਲਤ ਹੈ ਨਹੀਂ, ਪਰ ਇੰਨੀ ਵੀ ਖੁਸ਼ਕਿਸਮਤੀ ਹੈ ਵੀ ਜਦੋਂ ਪਹਿਲੀ ਵਾਰੀ ਲਈ ਉਸ ਟਾਈਮ ਬਾਪ ਨਾਲ ਖਲੋਤਾ। ਆਹ ਜਿੱਦਾਂ ਅਸਲ ਦਾ ਵਿੱਚ ਤਾਂ ਮਾਂ ਪਿਓ ਦੀ ਦੁਆ ਹੁੰਦੀ ਆ, ਅਤੇ ਉਹਨਾਂ ਨੂੰ ਬੰਦੇ ਨੇ ਦਿਖਾਉਣਾ ਹੁੰਦਾ ਵੀ ਉਹ ਸਾਨੂੰ ਦੇਖਣ ਕਿਉਂ ਇਹ ਦੇਖਣ। ਅੱਛਾ, ਅਤੇ ਹਜਰਾ ਸਾਹਿਬ ਫਿਰ ਉੱਥੇ ਤੁਹਾਡੀ ਘਰ ਦੀ ਜਿਹੜੀ ਆ ਉਹ ਕਿਹੜੇ ਮੁਲਕ 'ਚ? ਕੈਨੇਡਾ। ਅੱਛਾ, ਕੈਨੇਡਾ 'ਚ ਜਦੋਂ ਆਪਣੇ ਦਿਨ ਹੁੰਦਾ ਉੱਥੇ ਰਾਤ ਹੁੰਦੀ ਹੈ? ਉੱਥੇ ਰਾਤ ਹੁੰਦੀ, ਜਦੋਂ ਉੱਥੇ ਰਾਤ ਹੁੰਦੀ ਹੈ ਆਪਣੇ ਦਿਨ ਹੁੰਦਾ, ਆਪਣੇ ਦਿਨ ਹੁੰਦਾ, ਅਤੇ ਤੁਹਾਡਾ ਵੀ ਟੈਲੀਫੋਨ 'ਤੇ ਕਿਵੇਂ ਰਾਤ? ਜਦੋਂ ਉਹਨੇ ਉੱਠਣਾ ਉਹਨੇ ਕਰ ਲੈਣਾ ਆਪੇ, ਆਉਣ ਲਈ ਫੋਨ ਥੋੜ੍ਹੀ ਦੇਰ ਨੂੰ, ਉੱਥੇ ਤਾਂ ਰਾਤ, ਉੱਥੇ ਮੋਰਨਿੰਗ ਹੋ ਚੱਲੀ ਬਸ ਥੋੜ੍ਹੀ ਦੇਰ ਨੂੰ। ਅੱਛਾ, ਮੋਰਨਿੰਗ ਗੁੱਡ ਹੋ ਰਹੀ ਹੈ ਬਸ। ਨਹੀਂ, ਮੈਂ ਕਿਹਾ ਵੀ ਇੱਦਾਂ ਦਾ ਤੁਸੀਂ ਰਾਤ ਨੂੰ ਟੈਲੀਫੋਨ 'ਤੇ ਲੱਗੇ ਰਹੇ ਹੁੰਦੇ, ਅਤੇ ਦਿਨੇ ਕੰਮ ਕਿਵੇਂ ਹੁੰਦਾ? ਪਾਣੀ ਦੀ ਵਾਰੀ ਹੁਣ ਬਦਲ ਗਈਆਂ ਨੇ, ਦਿਨੇ ਪਿਛਲੀ ਵਾਰੀ ਰਾਤ ਨੂੰ ਸੀ, ਅਤੇ ਫੋਨ ਸ਼ੂਨ ਹੁੰਦਾ ਰਹਿੰਦਾ ਬਾਬੇ। ਅਤੇ ਇਹ ਕਿਦੋਂ ਤੱਕ ਇੱਦਾਂ ਹੀ ਚੱਲਦਾ ਰਹੂਗਾ ਵੀ ਉਹ ਉੱਥੇ ਬੈਠੀ ਤੂੰ ਇੱਥੇ ਬੈਠਾ ਅਜੇ ਤੱਕ? ਇਹ ਕਦੋਂ ਤੱਕ ਵੀ ਨਹੀਂ, ਆਪਣੀ ਮਰਜ਼ੀ 'ਤੇ ਡਿਪੈਂਡ ਕਰਦਾ, ਬਾਕੀ ਰੱਬ ਦੀ ਜ਼ਾਤ 'ਤੇ ਡਿਪੈਂਡ ਕਰਦਾ। ਗੱਲ ਹੁੰਦੀ ਦਾਣੇ ਪਾਣੀ ਦੀ, ਦਾਣਾ ਪਾਣੀ ਜਦੋਂ ਖਿੱਚ ਕਰੇ ਤਾਂ ਉਹ ਸਾਲ ਖਾਣ ਦੀ ਛੁੱਟੀ ਲੈ ਕੇ ਆ ਜਾਵੇ ਇੱਥੇ, ਉਹ ਆਉਂਦੀ ਮੇਰੇ ਕੋਲ, ਸਾਰੀ ਫੈਮਿਲੀ ਆਉਂਦੀ, ਆਉਂਦੇ ਨੇ ਇੱਥੇ, ਆਉਂਦੇ ਨੇ, ਰਹਿੰਦੇ ਨੇ, ਚਲੇ ਉੱਭਰ ਨੇ, ਘੁੰਮਣ ਨੇ, ਘੁੰਮਣ ਜੱਟ, ਮੈਂ ਜਰਾ ਹਾਂ। ਦੁਨੀਆ ਤੇ ਬਾਹਰ ਦੇ ਇੰਟਰਵਿਊ ਆ ਜਿਹਦੇ ਵਿੱਚ ਹੰਜਰਾ ਸਾਹਿਬ ਦੇ ਬਾਰੇ ਤੁਹਾਨੂੰ ਉਹ ਗੱਲਾਂ ਲੱਭ ਕੇ ਦਿੱਤੀਆਂ ਜਿਹੜੀਆਂ ਕਿਸੇ ਨੂੰ ਨਹੀਂ ਪਤੀਆਂ। ਤੁਸੀਂ ਰੱਬ ਦੇ ਕੰਮ ਦੇਖੋ ਵੀ ਜਨਾਨੀ ਇਹਦੀ ਉੱਥੇ ਕੈਨੇਡਾ ਬੈਠੀ, ਇਹ ਇੱਥੇ ਬੈਠੀ, ਇੱਥੇ ਕੀ ਕਰਦਾ? ਹਾਂ, ਤੇ ਮੈਂ ਇਹਨੂੰ ਕਿਹਾ ਵੀ ਤੁਸੀਂ ਇਕੱਠੇ ਹੋ ਜਾਓ, ਜਾਂ ਤੂੰ ਉੱਥੇ ਚਲਾ ਜਾ, ਜਾਂ ਭਰਜਾਈ ਸਾਡੀ ਇੱਥੇ ਆ ਜਾਵੇ, ਬਸ ਇਕੱਠੇ ਹੋ ਜਾਓ, ਇਹ ਜੁਦਾਈ ਹੁਣ ਖਤਮ ਹੋਣੀ ਚਾਹੀਦੀ ਆ। ਇਹ ਜੁਦਾਈ ਚੋਰੀ ਸਾਹਿਬ ਜਦੋਂ ਦਿਲ ਕਰੇ ਖਤਮ ਕਰ ਦਈਏ, ਆਪਾਂ ਉੱਥੇ ਵੀ ਜਾ ਸਕਦੇ ਹਾਂ, ਉਹ ਇੱਥੇ ਵੀ ਆ ਜਾਂਦੇ ਨੇ, ਲੇਕਿਨ ਕੁਝ ਜ਼ਿੰਦਗੀ ਦੇ ਜਿਹੜੇ ਰੁਝੇਵੇਂ ਹੁੰਦੇ ਨਾ, ਇਵੇਂ ਦੇ ਹੁੰਦੇ ਨੇ ਕਿ ਉਹ ਥੋੜੇ ਨਿਬੇੜਨੇ ਪੈਂਦੇ ਨੇ, ਨਾਲੇ ਜਿਹੜੀਆਂ ਹੁੰਦੀ ਨਾ ਜੀ ਜ਼ਿੰਮੇਵਾਰੀ, ਜ਼ਿੰਮੇਵਾਰੀ ਮੇਰੇ ਤੋਂ ਵੱਡਾ ਭਰਾ ਹੋਵੇ ਨਾ ਕੋਈ ਮੇਰੇ ਸਿਰ ਤੇ, ਤੇ ਮੈਂ ਫਿਰ ਕੋ ਨਹੀਂ ਰੋਲਾ, ਇੱਦਾਂ ਕੈਮਰਾ ਮੜ ਜਾ ਸਿੱਧਾ ਕਰੀ ਵਿੱਚ, ਮੈਂ ਗੱਲ ਕਰਨੀ ਵਿੱਚ। ਹਾਂ, ਮੈਂ ਨਾ ਜੀ ਹੰਜਰਾ ਸਾਹਿਬ ਨੂੰ ਸ਼ਾਬਿਸ਼ ਦਿੰਦਾ ਬਈ, ਜਿਉਂਦਾ ਰਹਿ, ਤਕੜਾ ਰਹਿ, ਜਿਹੜਾ ਤੂੰ ਕੰਮ ਕਰਿਆ ਨਾ, ਤੇਰੀ ਥਾਂ ਤੇ ਕੋਈ ਹੋਰ ਹੁੰਦਾ ਮੇਰੇ ਵਰਗਾ, ਉਹਨੂੰ ਆਪਣੀ ਜਨਾਨੀ ਕੋਲ ਉੱਡ ਕੇ ਚਲਾ ਜਾਂਦਾ ਮਿੰਟਾਂ ਦੇ ਵਿੱਚ, ਮਾਂ ਨੂੰ ਭੁੱਲ ਜਾਂਦਾ, ਭਰਾਵਾਂ ਨੂੰ ਵੀ ਜ਼ਿੰਮੇਵਾਰੀਆਂ, ਵੀ ਮੈਂ ਚੱਲਿਆ ਆਪਣੇ ਘਰ ਦੀ, ਹੈ
ਇਹ ਤਾਂ ਤੇਰੀ ਬੜੀ ਤਾਰੀਫ ਵਾਲੀ ਗੱਲ ਆ, ਸ਼ਾਬਿਸ਼ੀ ਹੈ ਤੈਨੂੰ ਬਈ ਤੂੰ ਆਪਣੀ ਬੀਬੀ ਦੇ ਕੋਲ ਆ, ਉਹਦੀ ਖਿਦਮਤ ਕਰ ਰਿਹਾ, ਘਰ ਦੀ ਤਾਂ ਅੱਲਾ ਖੈਰ ਸੁੱਖ ਰੱਖੇ। ਇਹ ਸੁਰਿਆ ਸਾਹਿਬ ਪਤਾ ਕੀ ਹੈ, ਇਹ ਕੈਨੇਡਾ, ਅਮਰੀਕਾ, ਦੁਬਈ, ਸਾਊਦੀਆ, ਇਹ ਚਾਹ ਹੁੰਦਾ ਬੰਦੇ ਨੂੰ, ਆਪਾਂ ਇਹ ਚਾਹ ਵੇਖੇ ਹੋਏ ਨੇ। ਮਿਡਲ ਈਸਟ ਮੈਂ ਸਾਰਾ ਘੁੰਮਿਆ, ਦੁਬਈ ਘੁੰਮਿਆ, ਬਹਿਰੀਨ ਘੁੰਮਿਆ, ਹੁਣ ਅੱਧਾ ਚਾਹ ਹੀ ਕੋਈ ਨੀ ਗਾ। ਮੈਂ ਚਾਹਵਾਂ ਨਾ ਹੁਣ ਦੁਨੀਆਂ ਦੇ ਕਿਸੇ ਵੀ ਮੁਲਕ ਦਾ ਵੀਜ਼ਾ ਲੈ ਸਕਣਾ, ਲਵਾ ਸਕਣਾ, ਕਿਉਂਕਿ ਬਹਿਰੀਨ ਵੀ ਮੈਂ ਗਿਆ, ਸਾਊਦੀਆ ਵੀ ਗਿਆ, ਦੁਬਈ ਵੀ ਗਿਆ। ਇਹ ਹੁਣ ਨਾ ਜੇ ਕੋਈ ਹੋਰ ਬੰਦਾ ਦਾ ਜਿਹੜਾ ਨਾ ਗਿਆ ਹੁੰਦਾ ਉਹਨੇ ਤਿੱਤਰ ਹੋ ਜਾਣਾ ਸੀ। ਨਹੀਂ ਭਾਈ ਇਹ ਗੱਲ ਆ, ਭਾਜੀ ਹੁਣੀ ਹੁਣ ਆਇਆ ਨਾ ਕੈਨੇਡਾ ਤੋਂ, ਤੇ ਆਪਾਂ ਮਤਲਬ ਇਹਨਾਂ ਵਾਸਤੇ ਨੋਰਮਲ ਜੀ ਗੱਲ ਆ, ਤੇ ਜਿਸ ਬੰਦੇ ਨੂੰ ਇੱਕ ਸੁਪਨਾ ਜਾ ਜਿਹਨੂੰ ਚਾਹ ਹੈ ਕੈਨੇਡਾ, ਉਹਨੇ ਕਹਿਣਾ ਕੈਨੇਡਾ ਤੋਂ ਆਏ ਨੇ ਭਾਜੀ, ਹਨਾ। ਤੋ ਚੀਜ਼ ਆ ਇਹ, ਆਪਣੀ ਆਪਣੀ ਹੁੰਦੀ ਲੈਣ ਦੀ ਗੱਲ, ਜਾਣ ਦਾ ਮਸਲਾ ਕੋਈ ਨੀ ਗਾ। ਮੈਂ ਉਹੀ ਤਾਂ ਗੱਲ ਕਰਦਾ ਜੀ, ਇਹ ਜਿਹੜੀ ਗੱਲ ਹੋਵੇ ਨਾ ਤਾਰੀਫ ਵਾਲੀ ਉਹ ਕਰਨੀ ਚਾਹੀਦੀ ਹੈ, ਕਿ ਇਹ ਤੇਰਾ ਇਹ ਤਾਰੀਫ ਵਾਲੀ ਗੱਲ ਆ, ਰੱਬ ਤੇਰਾ ਭਲਾ ਕਰੇ, ਤੂੰ ਬਹੁਤ ਬੜਾ ਇਹ ਸਬਕ ਦਿੱਤਾ ਵੀ ਤੂੰ ਆਪਣੀ ਬੀਬੀ ਦਾ ਖਿਆਲ ਕਰ ਰਿਹਾ, ਵੀ ਆਪਣੇ ਭਰਾ ਦੇ ਕੋਲ ਆਪਣੇ ਘਰ ਦੀ ਜ਼ਿੰਮੇਵਾਰੀ ਤੂੰ ਲਈ, ਜ਼ਿੰਮੇਵਾਰੀ ਨਹੀਂ ਤੇ ਤੈਨੂੰ ਕਿਸੇ ਨੇ ਪੁੱਛਣਾ ਸੀ, ਤੂੰ ਵੱਡਾ ਸੀ, ਤੂੰ ਚਲਾ ਜਾਂਦਾ ਚਲਿਆ ਜਾਂਦਾ। ਅੱਛਾ ਕੋ ਅੱਲਾ ਨੇ ਧੀ ਪੁੱਤ ਵੀ ਦਿਆ, ਇਹ ਗੱਲ ਆ ਇਨਸ਼ਾਅੱਲਾ। ਹੁਣ ਟੈਲੀਫੋਨ ਤੇ ਤਾਂ ਅੱਲਾ ਨਾ ਦੇਣਾ, ਤੂੰ ਜਦ ਤੁਸੀਂ ਉਹ ਐਦਾਂ ਨਹੀਂ ਜਾਵੇਂ, ਉਹ ਐਦਾਂ ਤਾਂ ਨਹੀਂ ਨਾ, ਉਹ 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 ਆਉਂਦੀ ਨਹੀਂ ਇੱਥੇ। ਹਾਂ ਅੱਲਾ ਤਾਂ ਉਹ ਭਾਈ ਇੱਥੇ ਆਉਂਦੀ ਏ, ਉਹ ਰਹਿ ਕੇ ਜਾਂਦੀ ਏ, ਠੀਕ ਹੈ ਨਾ। ਹੁਣ ਤੂੰ ਹੁਣ ਤੂੰ ਇਹ ਨਾ ਸੋਹਣਾ ਸਾਹਿਬ, ਵੈਂਟਰ ਏਸੀ ਵਾਂਗੂ ਸਿੱਧਾ ਬੈਡਰੂਮ ਚ ਚੱਲਣਾ ਹੈ ਸੋਹਣਾ ਸਾਹਿਬ। ਫੈਮਿਲੀ ਜਿਹੜੀ ਹੈ ਨਾ ਇਹ ਕੀ ਕਹਿੰਦੇ ਨੇ ਇਹਨੂੰ ਲੈ ਕੇ ਚੱਲਣਾ ਸਾਡਾ ਹੁੰਦਾ ਕਿ ਜਿਵੇਂ ਕੋਈ ਮਹੀਨਾ ਦੋ ਬਾਲ ਜਵਾਕਣਾ ਹੋਵੇ ਤੇ ਸਾਡੇ ਵੱਡਿਆਂ ਨੂੰ ਫਿਕਰ ਪਾਈ ਜਾਂਦੀ ਹੈ। ਬਾਹਰ ਦੇ ਜਿਹੜੇ ਲੋਕ ਨੇ ਉਹ ਦੋ ਦੋ ਚਾਰ ਚਾਰ ਸਾਲ ਫੈਮਿਲੀ ਮੈਰਿਜ ਲਾਈਫ ਨੂੰ ਇੰਜੋਏ ਕਰਦੇ ਆ, ਉਹ ਭਲਿਆ ਉਹ ਨਾ ਸਾਡੀਆਂ ਮਾਈਆਂ ਕਹਿਣ ਲੱਗ ਪੈਂਦੀ ਨੇ ਮੂਲੀ ਮੂਲੀ ਪੱਤਿਆਂ ਨਾਲ ਸੋਹਣੀ ਲੱਗਦੀ। ਮੈਂ ਵੀ ਉਹੀ ਕਹਿਣ ਲੱਗਾ ਸੀਗਾ, ਜਿੱਦਾਂ ਵੀ ਮਾਲਕ ਕਰੇ ਬਿਹਤਰ ਕਰੇ ਜੀ, ਸਾਡੀ ਦੁਆ ਹੈ। ਵਸਦੇ ਰਹੋ, ਆਬਾਦ ਰਹੋ, ਖੁਸ਼ ਰਹੋ। ਹਜਰਾਤ ਸਾਹਿਬ ਨਾਲ ਜੀ ਗੱਲਾਂ ਹੋਈਆਂ, ਕੁਲਵੰਤ ਸਿੰਘ KULA ਜੀ ਨਾਲ ਗੱਲਾਂ ਹੋਈਆਂ, ਵਿਕਾਸ ਭਾਜੀ ਨਾਲ, ਹਜਰਾਤ ਸਾਹਿਬ ਨਾਲ ਜੀ ਅਸੀਂ ਪਹੁੰਚ ਗਏ ਜੀ, ਬਾਬਾ ਫਰੀਦ ਸਰਕਾਰ ਦੇ ਪਹੁੰਚਣ ਵਾਲੇ ਜੀ, ਅਸੀਂ ਲਾਗੇ ਆ ਗਏ ਤੇ ਸਾਨੂੰ ਹੁਣ ਇਜਾਜ਼ਤ ਦਿਓ ਜੀ, ਅਸੀਂ ਤੁਹਾਡੇ ਤੱਕ ਦੇਖ ਲਓ ਰਾਹ ਦੇ ਵਿੱਚ ਵੀ ਅਸੀਂ ਵੀਡੀਓ ਬਣਾ ਕੇ ਪਹੁੰਚਾਤੀ ਜੀ। ਬਾਕੀ ਬੜਾ ਕੰਮ ਕੀਤਾ ਹਾਂਜੀ ਹੰਜਰਾਹ ਸਾਹਿਬ ਦੇ ਯੂਟਿਊਬ ਚੈਨਲ ਦੇ ਉੱਤੇ ਪੂਰਾ ਕਲਿੱਪ ਤੁਹਾਨੂੰ ਲੱਭੂਗਾ, ਸਫ਼ਰ ਦਾ ਪੂਰੀ ਗੱਲਬਾਤ ਲੱਭੂਗੀ। ਹੰਜਰਾਹ ਸਾਹਿਬ ਜ਼ੇਬੀ ਹੰਜਰਾ ਲਿਖਿਆ ਹੈ, ਜ਼ੇਬੀ ਹੰਜਰਾ ਜੀ ਯੂਟਿਊਬ ਚੈਨਲ, ਉਹਦੇ ਤੇ ਤੁਹਾਨੂੰ ਪੂਰੀ ਵੀਡੀਓ ਲੱਭੂਗੀ 3 ਘੰਟਿਆਂ ਦੀ। ਸਾਨੂੰ ਹੁਣ ਇਜਾਜ਼ਤ ਦਿਓ ਜੀ, ਮੈਂ ਕਹਿੰਦਾ ਸੰਜੇ ਲੀਲਾ ਬੰਸਾਲੀ ਆ। ਵਿਕਾਸ ਭਾਈ ਲਾਹੌਰ ਤੋਂ ਸਾਡੇ ਨਾਲ ਆਏ ਜੀ, ਸਾਡੇ ਕੋਲ ਆਏ ਜੀ ਚੜ੍ਹਦੇ ਪੰਜਾਬ ਤੋਂ ਪਰਾਉਣੇ ਜੀ, ਜੀ ਆਇਆਂ ਨੂੰ ਸਤਿ ਬਿਸਮਿਲ੍ਲਾ, ਇਹਨਾਂ ਦਾ ਆਣਾ ਸਿਰ ਮੱਥੇ ਤੇ। ਤੇ ਕੁਲਵਿੰਦਰ ਭਾਜੀ ਆਏ ਆ, ਇਹ ਹੈਗੇ ਚੜ੍ਹਦੇ ਪੰਜਾਬ, ਕੁਲਵੰਤ ਭਾਜੀ ਆਏ ਆ, ਹੈ ਚੜ੍ਹਦੇ ਪੰਜਾਬ ਚੋਂ, ਹੁਣ ਕੈਨੇਡਾ ਰਹਿੰਦੇ ਆ। ਕੈਨੇਡਾ ਕਿਹੜੇ ਜ਼ਿਲ੍ਹੇ ਚ? ਜ਼ਿਲ੍ਹਾ ਵੈਨਕੂਵਰ ਚ। ਉੱਥੋਂ ਆਏ ਜੀ ਇਹ ਪਾਕਿਸਤਾਨ ਦੇ ਵਿੱਚ ਘੁੰਮਣ ਫਿਰਨ, ਤੇ ਨਾਲ
ਸਾਡੇ ਭੈਣ ਜੀ ਇਹਨਾਂ ਦੇ ਘਰ ਦੇ ਹਾਂਜੀ ਇਹਨਾਂ ਦੇ ਘਰ ਦੇ ਸਾਡੇ ਭੈਣ ਜੀ ਆਏ ਆ ਨਾਲ ਬੈਠੇ ਅੱਲਾ ਜਾਣੇ ਦੀਦੇ ਆ ਵਿੱਚ ਕਿ ਨਹੀਂ ਮਾੜੇ ਜਿਹਾ ਉਹਨਾਂ ਨੂੰ ਪੁੱਛੋ ਇੱਦਾਂ ਦਿਖਾ ਚਲੋ ਜੀ ਆ ਕੇ ਦੇਣਗੇ ਚਲੋ ਹੁਣ ਚਾਹ ਪਰਾਂ ਲਓ ਜੀ ਅੱਛਾ ਤੁਹਾਨੂੰ ਕਿੱਦਾਂ ਲੱਗਿਆ ਪਾਕਿਸਤਾਨ ਫਿਰ ਕੇ ਬਹੁਤ ਵਧੀਆ ਲੱਗਾ ਭਾਈ ਅਸੀਂ ਜੀ ਹੁਣ ਬਾਬਾ ਫਰੀਦ ਸਰਕਾਰ ਦੇ ਜਾ ਰਹੇ ਹਾਂ ਸਲਾਮ ਕਰਨ ਵਾਸਤੇ ਅਤੇ ਇਹ ਉੱਧਰੋਂ ਆਏ ਵਿਕਾਸ ਭਾਈ ਲਾਹੌਰੋਂ ਆਏ ਨਾਲ ਪਰਾਹੁਣੇ ਸੀ ਅਤੇ ਫਿਰ ਹੰਜਰਾ ਸਾਹਿਬ ਨੂੰ ਲਿਆ ਜੜਾਂ ਵਾਲੇ ਤੋਂ ਅਤੇ ਇੱਥੋਂ ਸਮੁੰਦਰੀ ਤੋਂ ਉਤਰੇ ਇੰਟਰਚੇਂਜ ਅਤੇ ਰਹਿਮੇ ਸ਼ਾਹ ਤੋਂ ਮੈਨੂੰ ਨਾਲ ਚੱਕਿਆ ਇਹਨਾਂ ਨੇ ਇਹਨਾਂ ਦੀ ਮਿਹਰਬਾਨੀ ਚਲੋ ਮੇਰਾ ਵੀ ਸਲਾਮ ਹੋ ਜੂਗਾ ਨਾਲੇ ਇਹਨਾਂ ਨਾਲ ਗੱਲਬਾਤ ਹੋ ਜੂਗੀ ਕੁਲਵਿੰਦਰ ਭਾਅ ਜੀ ਨਾਲ ਕੁਲਵਿੰਦਰ ਭਾਅ ਜੀ ਕਹਿ ਕੇ ਤੁਸੀਂ ਅੱਗੇ ਵੀ ਕਦੀ ਆਏ ਪਾਕਿਸਤਾਨ ਨਹੀਂ ਜੀ ਪਹਿਲੀ ਵਾਰੀ ਆਏ ਥੋੜ੍ਹੇ ਜਿਹਾ ਉੱਚਾ ਬੋਲੋ ਪਹਿਲੀ ਵਾਰੀ ਆਏ ਭਾਅ ਜੀ ਅੱਛਾ ਮਾਸ਼ਾ ਅੱਲਾਹ ਅਤੇ ਬਾਲ ਬੱਚੇ ਨੂੰ ਲੈ ਕੇ ਆਏ ਕਿ ਉੱਥੇ ਛੱਡ ਗਏ ਨਹੀਂ ਉਹ ਉੱਥੇ ਅੱਛਾ ਉਹ ਪੜ੍ਹਦੇ ਨੇ ਹਾਂ ਜੀ ਪੜ੍ਹਦੇ ਆ ਚਲੋ ਚੰਗਾ ਅਤੇ ਹੁਣ ਆਉਂਦੇ ਜਾਂਦੇ ਰਹੋਗੇ ਹਾਂਜੀ ਜੀ ਆਵਾਂਗੇ ਜ਼ਰੂਰ ਜੇ ਅਜੇ ਬੇਬੀ ਜਾ ਮਿਲੂ ਤਾਂ ਹਾਂ ਵੀਜ਼ਾ ਜਿੰਨੀ ਵਾਰੀ ਮਰਜ਼ੀ ਲੈ ਲਓ ਠੀਕ ਹੈ ਜੀ ਫਿਰ ਆਪਾਂ ਫੇਰ ਆਵਾਂਗੇ ਹਾਂਜੀ ਅਤੇ ਵਿਕਾਸ ਭਾਈ ਤੁਸੀਂ ਕੋਈ ਹੰਜਰਾ ਸਾਹਿਬ ਵਿੱਚ ਮਾੜੀ ਜਿਹੀ ਗੱਲਬਾਤ ਕਰ ਦਿਓਗੇ ਸਰ ਅਸੀਂ ਸੁਣ ਰਹੇ ਹਾਂ ਤੁਹਾਡੀਆਂ ਇੰਨੀਆਂ ਸੋਹਣੀਆਂ ਗੱਲਾਂ ਤੁਸੀਂ ਤਾਂ ਕੰਨ 'ਚ ਲੁੱਪੀਆਂ ਲਈਆਂ ਤੁਸੀਂ ਸਾਡੀ ਖੇਸ ਵਾਹ ਸੁਣਦੇ ਯਾਰ ਭਾਈ ਸੁਣ ਰਹੇ ਹੋ ਪਿਆ ਤੁਹਾਡੀ ਗੱਲ ਅਸੀਂ ਬੜੇ ਅਦਬੋ ਇਤਰਾਮ ਨਾਲ ਕੰਨਾਂ ਦੇ ਚਾੜੇ ਪਰਦੇ ਖੋਲ ਕੇ ਸੁਣਨੇ ਤਾਂ ਕਿ ਬੰਦੇ ਸਮਝ ਲੱਗੇ ਬੜੀ ਮਿਹਰਬਾਨੀ ਹੰਜਰਾ ਸਾਹਿਬ ਅਸੀਂ ਨਾ ਜੀ ਵਿਕਾਸ ਸਾਹਿਬ ਹੰਜਰਾ ਸਾਹਿਬ ਨਾਸਰ ਢਿੱਲੋਂ ਸਾਹਿਬ ਇਹ ਸਾਰਿਆਂ ਦੇ ਜੀ ਬੜੇ ਸ਼ੁਕਰ ਗੁਜ਼ਾਰ ਆ ਕਿ ਸਾਡੇ ਚੜ੍ਹਦੇ ਪੰਜਾਬ ਤੋਂ ਪਰਾਹੁਣੇ ਆਉਂਦੇ ਆ ਉਹਨਾਂ ਨੂੰ ਪੂਰਾ ਟਾਈਮ ਦਿੰਦੇ ਜੀ ਸਾਡੇ ਪਾਕਿਸਤਾਨ ਦਾ ਨਾਂ ਰੋਸ਼ਨ ਕਰ ਰਹੇ ਆ ਵੀ ਉਹ ਦੱਸਦੇ ਆ ਵੀ ਸਾਡਾ ਮੁਲਕ ਪੁਰ ਅਮਨ ਮੁਲਕ ਆ ਇੱਥੇ ਜੰਮ ਜੰਮ ਆਓ ਬਾਲਾਂ ਸਮੇਤ ਆਓ ਨਿੱਕੇ ਨਿੱਕੇ ਬਾਲ ਵੀ ਆਏ ਜੀ ਇੱਥੇ ਸਰਦਾਰਾਂ ਦੇ ਨਾਲ ਉਹ ਖੁਸ਼ ਹੋ ਕੇ ਗਏ ਆ ਉਹ ਕਹਿੰਦੇ ਅਸੀਂ ਸਮਝਦੇ ਸੀ ਇੱਥੇ ਡਰ ਖੌਫ ਵਾਲੀ ਉਹ ਗੱਲ ਹੀ ਕੋਈ ਨਹੀਂ ਹਾਂ ਇੱਥੇ ਠੀਕ ਉਹ ਪੂਰਾ ਮਾਹੌਲ ਆ ਇੱਥੇ ਜਦੋਂ ਮਰਜ਼ੀ ਆ ਤੇ ਤੁਸੀਂ ਕਿੱਥੇ ਕਿੱਥੇ ਹੁਣ ਗਏ ਆ ਉਹ ਮਾੜਾ ਜਿਹਾ ਦੱਸੋ ਤੁਸੀਂ ਵਿੱਚ ਭਾਜੀ ਹੁਣੀ ਗਿਆ ਕਰਤਾਰਪੁਰ ਸਾਹਿਬ ਇੱਕ ਸਿਆਲਕੋਟ ਵਿਕਾਸ ਦੇ ਪਿੰਡ ਤਿੰਨ ਨਨਕਾਣਾ ਸਾਹਿਬ ਚਾਰ ਹਸਨ ਅਬਦਾਲ ਪੰਜ ਪੰਜ ਤਾਂ ਜਗ੍ਹਾ ਜਿੱਥੇ ਗਏ ਨੇ ਬਾਕੀ ਇਹ ਗੁਜ਼ਰੇ ਪੂਰੇ ਪੰਜਾਬ ਚ ਹੋਏ ਲਾਹੌਰ ਸਾਰਾ ਸਾਰਾ ਮਾਸ਼ਾ ਰਾਤੀ ਇਹਨਾਂ ਨੂੰ ਮੇਲਾ ਵਹਾਇਆ ਸੀ ਆਪਣੇ ਜਿਹੜੇ ਮੇਲੇ ਠੇਲੇ ਲੱਗਦੇ ਆ ਨਾ ਉਹ ਉੱਥੇ ਵੀ ਲੈ ਗਏ ਬਹੁਤ ਵਧੀਆ ਸੀ ਪੂਰਾ ਵਧੀਆ ਮੇਲਾ ਲੱਗੇ ਅੱਛਾ ਤੇ ਉਹ ਜਰਨੈਲ ਸਿੰਘ ਸਾਹਿਬ ਵੀ ਆਏ ਸੀ ਅਗਲੇ ਦਿਨ ਤੁਸੀਂ ਆਪ ਹੀ ਮਿਲ ਕੇ ਆ ਗਏ ਜਰਨੈਲ ਸਿੰਘ ਸਾਹਿਬ ਨੂੰ ਉਹ ਏਦਾਂ ਹੋਈ ਨਾ ਜਰਨੈਲ ਸਿੰਘ ਸਾਹਿਬ ਆਏ ਸੀ ਵੀ ਹੈਦਰਾਬਾਦ ਨਾ ਗੁਰਦੁਆਰਾ ਦੀ ਓਪਨਿੰਗ ਸੀ ਅੱਜ ਹਾਂਜੀ ਉਹ ਉੱਥੇ ਇਫਤਤਾਹ ਦੇ ਉੱਤੇ ਆਏ ਤੇ ਕਹਿੰਦੇ ਆ ਵੀ ਏਸ਼ੀਆ ਦਾ ਸਾਰਿਆਂ ਤੋਂ ਵੱਡਾ ਗੁਰਦੁਆਰਾ ਸਾਹਿਬ ਹੋਣਾ ਅੱਛਾ ਬਹੁਤ ਸੋਹਣਾ ਬਣਾਇਆ ਹੋਣਾ ਉਹ ਇਫਤਤਾਹ ਸੀ ਨਾਲ ਉਹ ਜਿਹੜੇ ਪੜ੍ਹਨ ਵਾਲੇ ਸੀ ਗ੍ਰੰਥੀ ਹਾਂਜੀ ਕੀਰਤ ਪੜ੍ਹਨ ਵਾਲੇ ਕੀਰਤਨੀਏ ਕਹਿ ਦਿੰਦੇ ਜਾਂ ਗ੍ਰੰਥੀ ਜਿਹੜੇ ਗ੍ਰੰਥੀ ਜਿਹੜੇ ਪਾਠ ਕਰਦੇ ਆ ਜਿਹੜੇ ਕੀਰਤਨ ਕਰਦੇ ਉਹਨਾਂ ਨੂੰ ਕੀਰਤਨੀਏ ਕਹਿੰਦੇ ਉਹ ਜਿਹੜੇ ਸਾਰਿਆਂ ਤੋਂ ਮਸ਼ਹੂਰ ਹੈ ਨਾ ਜੀ ਉਹ ਆਏ ਸੀ ਹਾਂਜੀ ਉਹ ਨਾਲ ਸੀਗੇ ਤੇ ਉਹ ਮੈਨੂੰ ਉਹਨਾਂ ਨੇ ਟਾਈਮ ਦਿਆ ਜੀ 10 ਮਿੰਟ ਉਹਨਾਂ ਦੀ ਮਿਹਰਬਾਨੀ ਉੱਥੇ ਗੁਰਦੁਆਰਾ ਸਾਹਿਬ ਅਰਜਨ ਸਾਹਿਬ ਨੀ ਉੱਥੇ ਲਾਹੌਰ ਹਾਂਜੀ ਉੱਥੇ ਅਸੀਂ ਬੈਠੇ ਰਹੇ ਗੱਲਾਂ ਬਾਤਾਂ ਅਸੀਂ ਕੀਤੀਆਂ ਰਿਕਾਰਡ ਵੀ ਕੀਤੀਆਂ ਤੇ ਬੜਾ ਚੰਗਾ ਲੱਗਿਆ ਜੀ ਤੇ ਉਹ ਗੱਲ ਹੁੰਦੀ ਹੈ ਜੀ ਬਸ ਸਿਆਣੇ ਕਹਿੰਦੇ ਬੰਦਾ ਜਿੰਦਾ ਮਿਲ ਪੈਂਦਾ ਆ ਦੇਖੋ ਆਪਾਂ ਸੋਚਿਆ ਵੀ ਨਹੀਂ ਸੀ ਵੀ ਆਪਾਂ ਮਿਲ ਪਾਉਂਦੇ ਹੈ ਨਹੀਂ ਸੋਚਿਆ ਤੁਸੀਂ ਕੈਨੇਡਾ ਬੈਠੇ ਮੈਂ ਇੱਥੇ ਬੈਠਾ ਅਤੇ ਇਹ ਰੱਬ ਦੀ ਕਰਨੀ ਹੈ ਵੀ ਆਪਾਂ ਹੁਣ ਇਕੱਠੇ ਬੈਠੇ ਹੋਰ ਕੋਈ ਗੱਲ ਛੇੜਨੇ ਆ ਵਿੱਚ ਮੈਂ ਸਾਹ ਚੜਾ ਲਿਆ ਵੀ ਤੁਸੀਂ ਵਿੱਚ ਮੈਨੂੰ ਸਾਹ ਕਢਾਓ ਅਸੀਂ ਭਾਈ ਕੋ ਗੱਲ ਉੱਤਰ ਦੀ ਸਮਾਂ ਅਸੀਂ ਕੈਨੇਡਾ ਚ ਇਦਾਂ ਹੁੰਦਾ ਇਦਾਂ ਹੁੰਦਾ ਕੈਨੇਡਾ ਚ ਹੁਣ ਅਸੀਂ ਕੀਤੇ ਸੀ ਇੱਥੋਂ ਤੇ ਕੰਮ ਕਰਦੇ ਆਏ ਆ ਭਰਾਵਾ ਮਸੀਂ ਤੇ ਉੱਥੋਂ ਸਾਹ ਛੜਾ ਕੇ ਇੱਥੇ ਆਏ ਆ ਉੱਥੇ ਸਾਰੇ ਜੀ ਕੰਮ ਕਰਦੇ ਨਹੀਂ ਅਸੀਂ ਤਾਂ ਨਹੀਂ ਕਰਦੇ ਆ ਨਿਆਣੇ ਪੜ੍ਹਦੇ ਆ ਨਿਆਣੇ ਪੜ੍ਹਦੇ
ਕਿਉਂਕਿ ਉੱਥੇ ਮੈਂ ਬਹੁਤਾ ਹੀ ਦੇਖਿਆ ਵੀ ਸਾਰਾ ਜੀ ਮਸਰੂਫ ਹੁੰਦੇ ਆ। ਹਾਂਜੀ ਹਾਂਜੀ ਹਾਂ, ਚਾਹੇ ਕੋਈ ਵੀ ਹੈ ਕਿੱਦਾਂ ਕੰਮ ਕਰੇ ਆ ਕਿ ਚਲੋ ਉੱਥੇ ਸਹੂਲਤਾਂ ਵੀ ਬੜੀਆਂ। ਹਾਂ ਸਹੂਲਤਾਂ ਹੈਗੀਆਂ, ਸਹੂਲਤਾਂ ਹੈ ਆ, ਮੈਂ ਉੱਥੇ ਪਰੇਸ਼ਾਨੀ ਕੋਈ ਨਹੀਂ। ਕਹਿੰਦੇ ਕਿ ਘਰ ਕੋਈ ਅੱਲਾ ਨਾ ਕਰੇ ਕੋਈ ਬਿਮਾਰ ਹੋਵੇ, ਕਹਿੰਦੇ ਟੈਲੀਫੋਨ ਕਰੋ ਡਾਕਟਰ ਘਰੇ ਆ ਜਾਂਦਾ। ਸੱਚੀ ਗੱਲ? ਹਾਂਜੀ, 5 ਮਿੰਟਾਂ 'ਚ ਤੁਹਾਨੂੰ ਚੁੱਕ ਕੇ ਲੈ ਜਾਂਦੇ ਜੀ। ਗੱਲ ਕਰ, ਅਤੇ ਚਾਹੇ ਚਾਹੇ ਪੈਸਾ ਪਾ ਹੈ ਜਾਂ ਨਹੀਂ ਹੈ, ਪੈਸਾ ਤਾਂ ਲੱਗਦਾ ਹੀ ਨਹੀਂ ਜੀ ਹੋਸਪਿਟਲ 'ਚ ਉੱਥੇ ਕੋਈ ਵੀ। ਕਾਹਦਾ ਕਿੰਨੇ ਬਣ ਗਏ ਕਿੰਨੇ ਪੈਸੇ ਬਣ ਗਏ ਦਰਿਆ ਰਾਵੀ ਦੇ ਉੱਤੋਂ ਜੀ ਇਸ ਟਾਈਮ ਅਸੀਂ ਲੰਘ ਰਹੇ ਹਾਂ, ਦਰਿਆ ਦਿਖਾ ਰਹੇ ਹਾਂ, ਰਾਵੀ ਇੰਡੀਆ ਦੇ ਵਿੱਚੋਂ ਆਉਂਦਾ। ਹਾਂਜੀ, ਦਰਿਆਵਾਂ ਦਾ ਸਿਆਣੇ ਕਹਿੰਦੇ ਕੋਈ ਬਾਰਡਰ ਨਹੀਂ ਹੁੰਦਾ, ਦਲਵਿੰਦਰ ਭਾਜੀ ਇੱਥੇ ਨਾ ਸਾਡੇ ਦਰਿਆ ਦੇ ਉੱਤੇ ਮੁੜ ਦੇ ਉੱਤੇ ਕਲਵੰਤ ਸਿੰਘ, ਮੈਂ ਵੀ ਇਹ ਆਖਰੀ ਵਾਰੀ ਵੀ ਤੁਹਾਨੂੰ ਦੱਸਣਾ ਪੈਣਾ ਭੈਣ ਜੀ, ਤੁਹਾਡਾ ਕੀ ਨਾਮ? ਹਰਪਾਲ ਕੌਰ। ਬੜਾ ਬੜਾ ਸੋਹਣਾ ਨਾਮ ਆ, ਹਰਪਾਲ ਕੌਰ ਕਲਵੰਤ, ਕਲਵੰਤ ਜੀ। ਅੱਛਾ, ਮੈਂ ਦੱਸ ਇਹ ਰਿਹਾ ਸੀ ਸਾਡੇ ਦਰਿਆ ਦੇ ਉੱਤੇ ਨਾ ਜੀ ਇੱਕ ਫਸਲ ਹੁੰਦੀ ਆ, ਅੱਜ ਕੱਲ੍ਹ ਹੋਈ ਹੋਈ ਆ, ਹੁਣ ਆਪਣੇ ਕੋਲ ਟਾਈਮ ਨਹੀਂ, ਮੈਂ ਹੇਠਾਂ ਲੱਥ ਕੇ ਤੁਹਾਨੂੰ ਦਿਖਾ ਵੀ ਦਿੰਦਾ। ਉਹ ਕਰਦੇ ਕੀ ਆ, ਨਲਕੇ ਦਾ ਜਿੱਦਾਂ ਬੋਰ ਨਹੀਂ ਕਰੀਦਾ, 5 ਫੁੱਟ ਇੱਦਾਂ ਬੋਰ ਕਰਕੇ ਦੁਹਾਣੇ ਦਾ ਵਿੱਚ ਬੀਜ ਛੱਡ ਦਿੰਦੇ, ਦੁਹਾਣੇ ਦਾ ਪਤਾ? ਹਾਂਜੀ ਹਾਂਜੀ, ਹਾਂ ਦੁਹਾਣੇ ਦਾ ਬੀਜ ਛੱਡ ਦਿੰਦੇ ਆ, ਉਹਨੂੰ ਅੰਗਰੇਜ਼ੀ 'ਚ ਤਰਬੂਜ ਕਹਿੰਦੇ ਆ। ਚਲੋ ਵਧੀਆ ਕੀਤਾ ਦੱਸਦਾ, ਮੈਨੂੰ ਤਾਂ ਦੁਹਾਣੇ ਦਾ ਹੀ ਪਤਾ ਜੀ। ਉਹਦੇ 'ਚ ਬੀਜ ਛੱਡ ਦਿੰਦੇ ਆ ਬੋਰ ਕਰਕੇ, ਉੱਤੋਂ ਰੇਤਾ ਪਾ ਦਿੰਦੇ ਆ, ਇੱਥੇ ਉਹਨੂੰ ਪਾਣੀ ਨਹੀਂ ਲਾਉਣਾ। ਉਹ ਜਿਹੜੀ ਰੇਤੇ ਦੀ ਠੰਡ ਆ ਨਾ, ਉਹੀ ਉਹਦੇ ਨਾਲ ਹੀ ਉਹਨੇ ਜੰਮਣਾ, ਉਹਦੇ ਨਾਲ ਹੀ ਉਹ ਫਲ ਫੁੱਲ ਚੱਕਦਾ ਖੀਰ ਤੱਕ। ਅਤੇ ਉਹ ਦੁਹਾਣਾ ਨਾ ਪੂਰੀ ਦੁਨੀਆਂ ਦੇ ਵਿੱਚ ਸਭ ਤੋਂ ਮਿੱਠਾ ਦੁਹਾਣਾ ਦਰਿਆ ਰਾਵੀ ਦਾ ਹੁੰਦਾ। ਰਾਵੀ ਦਾ ਹੋਵੇ ਜਾਂ ਕੋਈ ਦਰਿਆ ਹੋਵੇ, ਦਰਿਆ ਦੇ ਮੁੜ ਤੇ ਲੱਗਿਆ ਹੋਵੇ। ਸਾਡੇ ਤੇ ਉੱਥੇ ਬਸ ਜੀ ਇਸ ਟਾਈਮ ਕਣਕਾਂ ਵੱਢੀਆਂ ਹੋਈਆਂ, ਮੱਕੀ ਦਾ ਪੂਰਾ ਜ਼ੋਰ ਆ,
ਡੈਡੀ ਇੱਕੋ ਹੀ ਭਰਾ ਸੀ, ਤਿੰਨ ਭੈਣਾਂ ਸੀ ਤੇ ਦੋ ਭੈਣਾਂ ਉੱਥੇ, ਡੈਡੀ ਦੀ ਭੂਆ ਸਾਡੀਆਂ, ਇੱਕ ਇੱਥੇ ਆ ਤੇ ਉਹਦੀ ਵੀ ਕੁੜੀ ਇੱਕ ਸੀ, ਉਹ ਵੀ ਉੱਥੇ ਜਾਂਦੀ। ਨਹੀਂ ਨਹੀਂ ਉਹ ਕੋਲ ਆ ਠੇਕੇ ਦੇ। ਅੱਛਾ ਬਾਈ ਇੱਕ ਨਾ ਗੱਲ ਹੋਈ ਮਾੜੀ, ਵੈਸੇ ਤਰੱਕੀ ਤਾਂ ਹੋਣੀ ਚਾਹੀਦੀ ਹੈ, ਤਰੱਕੀ ਸ਼ਾਇਦ ਚੰਗੀ, ਪਰ ਇਹ ਆ ਵੀ ਜਿਹੜਾ ਤੁਸੀਂ ਹੁਣ ਜੇ ਉਂਝ ਪਿੰਡ ਖਾਲੀ ਹੋ ਜਾਣ ਉਹ ਵੀ ਮਾੜੀ ਗੱਲ ਨਹੀਂ। ਸਾਡੇ ਪਿੰਡਾਂ ਜਿਹਾ ਨਹੀਂ ਗਾ ਜੀ ਹੁਣ ਕੋਈ, ਅਜਰਾ ਸਾਹਿਬ ਇਸ ਬਾਰੇ ਬੜੀ ਗੱਲ ਕਰਦੇ, ਸਾਰੇ ਮੁੰਡੇ ਬਾਹਰ ਜਾਈ ਜਾਂਦੇ ਆ ਜੀ, ਪਿੰਡ ਖਾਲੀ ਹੋਏ ਪਏ, ਜਿਹੜੇ ਜਿਹੜੇ ਜ਼ਿਲ੍ਹਿਆਂ 'ਚ ਲੋਕ ਗਏ ਉਹ ਜ਼ਿਲ੍ਹੇ ਖਾਲੀ ਹੋਏ ਪਏ, ਘਰ ਬਣੇ, ਕੋਠੀਆਂ ਬਣੀਆਂ, ਤਾਲੇ ਵੱਜੇ, ਕੋਈ ਬੰਦਾ ਵੀ ਰੈਨੋਵੇਸ਼ਨ ਨਹੀਂ। ਆਪਣੇ ਗੁਜਰਾਤ ਮੰਡੀ ਹੈ ਸਿਸਟਮ, ਦੋ ਜ਼ਿਲ੍ਹੇ ਬਾਹਰ ਗਏ ਨੇ, ਮੀਰਪੁਰ, ਮੀਰਪੁਰ ਆਜ਼ਾਦ ਕਸ਼ਮੀਰ ਵਾਲੀ ਸਾਈਡ 'ਤੇ ਉਹ ਵੀ ਇੱਦਾਂ ਹੀ, ਉੱਥੋਂ ਵੀ ਜ਼ਿਆਦਾ ਪਹਿਲਾਂ ਮੀਰਪੁਰ ਹੀ ਗਿਆ ਸੀ, ਮੁੜ ਕੇ ਹਵਾ ਉਰਾਂ ਚੱਲ ਪਈ ਗੁਜਰਾਤ ਜ਼ਿਲ੍ਹਾ ਮੰਡੀ, ਅਤੇ ਉਹ ਇੰਜੀ, ਪਰ ਇਹ ਕਿਹਾ ਵੇ ਉਹ ਗਏ ਜ਼ਰੂਰ ਨੇ ਮੰਡੀ ਵਾਲੇ ਅਤੇ ਗੁਜਰਾਤ ਵਾਲੇ, ਲੇਕਿਨ ਉਹ ਉੱਥੇ ਪੱਕੇ ਨਹੀਂ ਹੋਏ, 40-40 ਸਾਲ ਤੋਂ ਕੰਮ ਕਰ ਰਹੇ ਨੇ, ਪੈਸਾ ਕਮਾ ਰਹੇ ਨੇ, ਪਿਛਾਂ ਮੇਰੀ ਜਬਾਨ ਤੇ ਵਾਰ ਕਰ ਲੈਣਾ ਤੁਹਾਡੇ ਜਿਹੜੇ ਪੰਜਾਬ ਆ ਉੱਥੇ ਦੁਸ਼ਮਣਦਾਰੀਆਂ ਵੀ ਹੈ ਆਪਸ ਵਿੱਚ ਹੀ ਲੋਕਾਂ ਦੀਆਂ ਜੀ। ਹਾਂ ਹਾਂ ਨਹੀਂ ਨਹੀਂ ਇੰਨੀਆਂ ਨਹੀਂ, ਪਹਿਲੀਆਂ ਜੀ ਸੀਗੀਆਂ, ਹੁਣ ਤਾਂ ਘੱਟ ਬੋਲਣ ਤੋਂ ਲੋਕ ਸਮਝਦਾਰ ਹੋ ਗਏ ਸਾਰੇ। ਅਜਰਾ ਸਾਹਿਬ ਇਹ ਆਪਣੇ ਪੰਜਾਬ 'ਚ ਜ਼ਿਆਦਾ ਆਪਣੇ ਪੰਜਾਬ 'ਚ ਬਹੁਤ ਦੁਸ਼ਮਣੀ ਹੈ, ਆਪਣਾ ਇੱਥੇ ਕਈ ਕਰੈਕਟਰ ਹੋਏ ਨੇ ਜਿਵੇਂ ਜੱਗਾ ਗੁਜਰ ਜਾਂ ਬਾਬਰ ਤਾਰਣੀਆ ਇੱਧਰ ਤੇ ਆਪਣੇ ਇੱਧਰ, ਤਾਂ ਇਹ ਚੀਜ਼ ਉੱਧਰ ਕੋਣੀ ਗਈ, ਉੱਧਰ ਪੋਲੀਟੀਸ਼ੀਅਨਾਂ ਦੇ ਬਣਾਏ ਹੋਏ ਗੁੰਡੇ ਨੇ, ਠੀਕ ਹੈ, ਜਿਹੜੇ ਇਲੈਕਸ਼ਨ ਦੇ ਵਿੱਚ ਉਹਨਾਂ ਦੇ ਕੰਮ ਆਉਂਦੇ ਨੇ, ਉਹ ਬਾਅਦ ਦੇ ਵਿੱਚ ਇੱਕ ਦੂਜੇ ਨਾਲ ਦਲ ਲੁੱਟ ਪੈਂਦੇ ਨੇ ਮੁੰਡੇ, ਵੀ ਬੂਥਾਂ ਦੇ ਕਬਜ਼ੇ ਕਰਵਾਉਣੇ, ਵੋਟ ਪਵਾਉਣੇ, ਧੱਕੇ ਨਾਲ ਲੋਕਾਂ ਕੋਲ ਡਾਂਗਾ ਡੂੰਗਾ ਮਾਰਨੀਆਂ, ਉਹ ਉਹਨਾਂ ਦੇ ਜਿਹੜੀਆਂ ਆਪਣੀਆਂ ਇੱਥੇ ਨੇ, ਇਹ ਤਾਂ ਖਾਂਦੇ ਨੇ ਦੁਸ਼ਮਣੀਆਂ ਨੇ, ਵੀ ਅੱਠ ਅੱਠ ਨੌ ਨੌ ਪੰਜ ਪੰਜ ਦੋ ਦੋ ਤਿੰਨ ਤਿੰਨ ਇੱਕ ਦੂਜੇ ਦੇ ਮਾਰੇ ਨੇ, ਹਾਲੇ ਕੰਮ ਚੱਲੀ ਜਾਂਦਾ,